ਜੀ ਮੇਰੇ ਕੋਲ ਦੇਖ ਕੇ ਜਾਂਦਾ ਸੀਗਾ ਤੇ ਮੈਂ ਵੀ ਲੈਣਾ ਪਹਿਲੀ ਚੋਰੀ ਪਹਿਲੀ ਫਾਹਾ ਪਹਿਲੇ ਵੀ ਪਹਿਲੇ ਨਹੀਂ ਕੀਤੀ ਨਾ ਜੀ ਪਹਿਲੀ ਵਾਰ ਹਾਂ ਪਹਿਲੀ ਵਾਰ ਐਸਟੀਐਫ ਮੋਹਾਲੀ ਦੀ ਟੀਮ ਲਗਾਤਾਰ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਉਸ ਮੁਹਿੰਮ ਦੇ ਤਹਿਤ ਐਸਟੀਐਫ ਦੇ ਪੁਲਿਸ ਅਧਿਕਾਰੀ ਅਵਤਾਰ ਸਿੰਘ ਦੀ ਟੀਮ ਵੱਲੋਂ ਸਮਾਣਾ ਪਟਿਆਲਾ ਸੜਕ ਤੇ ਪਿੰਡ ਟੈਂਠਲ ਦੇ ਅੱਡੇ ਦੇ ਨਜ਼ਦੀਕ ਪੈਟਰੋਲਿੰਗ ਕੀਤੀ ਜਾ ਰਹੀ ਸੀ ਉਸ ਦੌਰਾਨ ਇੱਕ ਔਰਤ ਨੂੰ ਕਾਬੂ ਕੀਤਾ ਗਿਆ ਜਿੱਥੇ ਉਸ ਤੋਂ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਗੱਲਬਾਤ ਕਰਦੇ ਕਿਸ ਤਰ੍ਹਾਂ ਲੈ ਕੇ ਆਈ ਸਾਰੀ ਬੈਕਗ੍ਰਾਉਂਡ ਪਤਾ ਕਰਦੇ ਪਹਿਲੇ ਕਿਸ ਤਰ੍ਹਾਂ ਮਾਮਲੇ ਔਰਤ ਨੂੰ ਕਿਸ ਤਰ੍ਹਾਂ ਕਾਬੂ ਕੀਤਾ ਅਸੀਂ ਟੈਂਠਲ ਅੱਡੇ ਦੇ ਨਾਕਾਬੰਦੀ ਕੀਤੀ ਸੀ ਸਾਨੂੰ ਇਤਲਾਹ ਮਿਲੀ ਆ ਕੇ ਵੀ ਇਹ ਜਿਹੜੀ ਔਰਤ ਹੈ ਅਮਿੰਦਰ ਕੌਰ ਉਰਫ ਗੁੱਡੀ ਪਤਨੀ ਨਾਰ ਸਿੰਘ ਵਾਸੀ ਬਿਜਲਪੁਰ ਇਹ ਗੋਲੀਆਂ ਵੇਚਦੀਆਂ ਨਸ਼ੀਲੀ ਅਤੇ ਅੱਜ ਭਾਰੀ ਮਾਤਰਾ ਦੀਆਂ ਗੋਲੀਆਂ ਲੈ ਕੇ ਆਪਣੇ ਪਿੰਡ ਤੋਂ ਸਮਾਣਾ ਮੇਨ ਰੋਡ ਨੂੰ ਆ ਰਹੀ ਆ ਜੇ ਤੁਸੀਂ ਰਾਜ ਦੀ ਨਾਕਾਬੰਦੀ ਕਰਕੇ ਇਹਨੂੰ ਕਾਬੂ ਕੀਤਾ ਤਾਂ ਕੋਈ ਨਸ਼ੀਲੀਆਂ ਗੋਲੀਆਂ ਮਿਲ ਸਕਦੀਆਂ ਅਸੀਂ ਜਦੋਂ ਸਾਨੂੰ ਇਤਲਾਹ ਮਿਲੀ ਇਤਲਾਹ 'ਤੇ ਗਏ ਇਹਦੇ ਪਿੰਡ ਵੱਲ ਨੂੰ ਜਾ ਰਹੇ ਸੀ ਅਸੀਂ ਅੱਗੇ ਆ ਰਹੀ ਸੀ ਅੱਗੇ ਔਰ ਪੈਦਲ ਆ ਰਹੀ ਸੀ ਇਹਦੇ ਹੱਥ 'ਤੇ ਲਿਫਾਫਾ ਫੜਿਆ ਸੀ ਇੱਕ ਇਹਨੂੰ ਅਸੀਂ ਰੋਕਿਆ ਰੋਕੇ ਇਹਨੇ ਲਿਫਾਫਾ ਸੁੱਟਤਾ ਥੱਲੇ ਫਿਰ ਇਹਨੂੰ ਰੋਕ ਕੇ ਲਿਫਾਫਾ ਚੁਕਾ ਕੇ ਅਤੇ ਰਿਕਵਰੀ ਕੀਤੀ ਉਹ 'ਚ ਫਿਰ ਸਾਨੂੰ 2450 ਗੋਲੀਆਂ ਮਿਲੀਆਂ ਸਾਨੂੰ ਨਸ਼ੀਲੀਆਂ ਅੱਜ ਇਹਨੂੰ ਪੇਸ਼ ਕਰਨਾ ਅਦਾਲਤ ਪੇਸ਼ ਕਰਕੇ ਤਾਂ ਰਿਮਾਂਡ ਲਵਾਂਗੇ ਰਿਮਾਂਡ ਦੇ ਕੇ ਅਜੇ ਪਹਿਲਾ ਪਰਚਾ ਕੋਈ ਨਹੀਂ ਹੈਗਾ ਬਾਕੀ ਅਸੀਂ ਰਿਕਾਰਡ ਚੈੱਕ ਕਰਾਂਗੇ ਆਪਣਾ ਥਾਣੇ ਤੋਂ ਰਿਕਾਰਡ ਚੈੱਕ ਕਰਾ ਕੇ ਉਸ ਦੇਖਾਂਗੇ ਕੀ ਆ ਅੱਗੇ ਤਫਤੀਸ਼ ਕਰਾਂਗੇ ਰਿਮਾਂਡ ਲੈ ਕੇ ਅਤੇ ਕੀ ਕੁਛ ਨਿਕਲਦਾ ਕਿੱਥੋਂ ਲੈ ਕੇ ਉਹਨੂੰ ਕਿੱਥੇ ਵੇਚ ਦਿੱਤੀ ਮਹਿੰਦਰ ਕੌਰ ਕਿੱਥੋਂ ਲੈ ਕੇ ਆਈ ਤੁਸੀਂ ਗੋਲੀ ਕਿੱਥੋਂ ਲੈ ਕੇ ਆਉਂਦੇ ਹੋ ਕਿਉਂ ਛੱਡ ਕਰਦੇ ਹੋਏ ਕੰਮ ਜੀ ਮੇਰੇ ਕੋਲ ਦੇਖ ਕੇ ਜਾਂਦਾ ਸੀਗਾ ਤੇ ਮੈਂ ਵੀ ਲੈਣਾ ਪਹਿਲੀ ਚੋਰੀ ਪਹਿਲੀ ਫਾਹਾ ਪਹਿਲੇ ਵੀ ਪਹਿਲੇ ਨਹੀਂ ਕੀਤੀ ਨਾ ਜੀ ਪਹਿਲੀ ਵਾਰ ਹਾਂ ਪਹਿਲੀ ਵਾਰ ਕਥਿਤ ਜਿਹੜੀ ਔਰਤ ਨੂੰ ਗ੍ਰਿਫਤਾਰ ਕੀਤਾ ਐਸਟੀਐਫ ਟੀਮ ਨੇ ਉਸਨੇ ਵੀ ਕਬੂਲ ਕੀਤਾ ਕਿ ਮੈਂ ਪਹਿਲੀ ਵਾਰੀ ਇਹ ਗੋਲੀਆਂ ਨਸ਼ੀਲੀਆਂ ਲੈ ਕੇ ਆਈ ਸੀ ਪਹਿਲੀ ਵਾਰੀ ਕੀਤੀ ਹੈ ਪਹਿਲੀ ਵਾਰੀ ਮੈਂ ਪੁਲਿਸ ਦੇ ਅੜਿੱਕੇ ਚੜ ਗਈ ਹਾਂ ਔਰ ਐਸਟੀਐਫ ਪੁਲਿਸ ਟੀਮ ਸਮਾਣਾ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਦੀ ਮੰਗ ਵੀ ਕਰੇਗੀ ਜੀ ਮੇਰੇ ਕੋਲ ਦੇਖ ਕੇ ਜਾਂਦਾ ਸੀਗਾ ਤੇ ਮੈਂ ਵੀ ਲੈਣਾ ਪਹਿਲੀ ਚੋਰੀ ਪਹਿਲੀ ਫਾਹਾ ਪਹਿਲੇ ਵੀ ਪਹਿਲੇ ਨਹੀਂ ਕੀਤੀ ਨਾ ਜੀ ਪਹਿਲੀ ਵਾਰ ਹਾਂ ਪਹਿਲੀ ਵਾਰ ਐਸਟੀਐਫ ਮੋਹਾਲੀ ਦੀ ਟੀਮ ਲਗਾਤਾਰ ਨਸ਼ਾ ਵੇਚਣ ਵਾਲਿਆਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ ਉਸ ਮੁਹਿੰਮ ਦੇ ਤਹਿਤ ਐਸਟੀਐਫ ਦੇ ਪੁਲਿਸ ਅਧਿਕਾਰੀ ਅਵਤਾਰ ਸਿੰਘ ਦੀ ਟੀਮ ਵੱਲੋਂ ਸਮਾਣਾ ਪਟਿਆਲਾ ਸੜਕ ਤੇ ਪਿੰਡ ਟੈਂਠਲ ਦੇ ਅੱਡੇ ਦੇ ਨਜ਼ਦੀਕ ਪੈਟਰੋਲਿੰਗ ਕੀਤੀ ਜਾ ਰਹੀ ਸੀ ਉਸ ਦੌਰਾਨ ਇੱਕ ਔਰਤ ਨੂੰ ਕਾਬੂ ਕੀਤਾ ਗਿਆ ਜਿੱਥੇ ਉਸ ਤੋਂ ਨਸ਼ੀਲੀ ਗੋਲੀਆਂ ਬਰਾਮਦ ਹੋਈਆਂ ਗੱਲਬਾਤ ਕਰਦੇ ਕਿਸ ਤਰ੍ਹਾਂ ਲੈ ਕੇ ਆਈ ਸਾਰੀ ਬੈਕਗ੍ਰਾਉਂਡ ਪਤਾ ਕਰਦੇ ਪਹਿਲੇ ਕਿਸ ਤਰ੍ਹਾਂ ਮਾਮਲੇ ਔਰਤ ਨੂੰ ਕਿਸ ਤਰ੍ਹਾਂ ਕਾਬੂ ਕੀਤਾ ਅਸੀਂ ਟੈਂਠਲ ਅੱਡੇ ਦੇ ਨਾਕਾਬੰਦੀ ਕੀਤੀ ਸੀ ਸਾਨੂੰ ਇਤਲਾਹ ਮਿਲੀ ਆ ਕੇ ਵੀ ਇਹ ਜਿਹੜੀ ਔਰਤ ਹੈ ਅਮਿੰਦਰ ਕੌਰ ਉਰਫ ਗੁੱਡੀ ਪਤਨੀ ਨਾਰ ਸਿੰਘ ਵਾਸੀ ਬਿਜਲਪੁਰ ਇਹ ਗੋਲੀਆਂ ਵੇਚਦੀਆਂ ਨਸ਼ੀਲੀ ਅਤੇ ਅੱਜ ਭਾਰੀ ਮਾਤਰਾ ਦੀਆਂ ਗੋਲੀਆਂ ਲੈ ਕੇ ਆਪਣੇ ਪਿੰਡ ਤੋਂ ਸਮਾਣਾ ਮੇਨ ਰੋਡ ਨੂੰ ਆ ਰਹੀ ਆ ਜੇ ਤੁਸੀਂ ਰਾਜ ਦੀ ਨਾਕਾਬੰਦੀ ਕਰਕੇ ਇਹਨੂੰ ਕਾਬੂ ਕੀਤਾ ਤਾਂ ਕੋਈ ਨਸ਼ੀਲੀਆਂ ਗੋਲੀਆਂ ਮਿਲ ਸਕਦੀਆਂ ਅਸੀਂ ਜਦੋਂ ਸਾਨੂੰ ਇਤਲਾਹ ਮਿਲੀ ਇਤਲਾਹ 'ਤੇ ਗਏ ਇਹਦੇ ਪਿੰਡ ਵੱਲ ਨੂੰ ਜਾ ਰਹੇ ਸੀ ਅਸੀਂ ਅੱਗਿਓਂ ਆ ਰਹੀ ਸੀ ਅੱਗੇ ਔਰ ਪੈਦਲ ਆ ਰਹੀ ਸੀ ਇਹਦੇ ਹੱਥ 'ਤੇ ਲਿਫਾਫਾ ਫੜਿਆ ਸੀ ਇੱਕ ਇਹਨੂੰ ਅਸੀਂ ਰੋਕਿਆ ਰੋਕੇ ਇਹਨੇ ਲਿਫਾਫਾ ਸੁੱਟਤਾ ਥੱਲੇ ਫਿਰ ਇਹਨੂੰ ਰੋਕ ਕੇ ਅਤੇ ਲਿਫਾਫਾ ਚੁਕਾ ਕੇ ਅਤੇ ਰਿਕਵਰੀ ਕੀਤੀ ਉਹ 'ਚ ਫਿਰ ਸਾਨੂੰ 2450 ਗੋਲੀਆਂ ਮਿਲੀਆਂ ਸਾਨੂੰ ਨਸ਼ੀਲੀਆਂ ਅੱਜ ਇਹਨੂੰ ਪੇਸ਼ ਕਰਨਾ ਅਦਾਲਤ ਪੇਸ਼ ਕਰਕੇ ਤਾਂ ਰਿਮਾਂਡ ਲਵਾਂਗੇ ਰਿਮਾਂਡ ਦੇ ਕੇ ਅਜੇ ਪਹਿਲਾ ਪਰਚਾ ਕੋਈ ਨਹੀਂ ਹੈਗਾ ਬਾਕੀ ਅਸੀਂ ਰਿਕਾਰਡ ਚੈੱਕ ਕਰਾਂਗੇ ਆਪਣਾ ਥਾਣੇ ਤੋਂ ਰਿਕਾਰਡ ਚੈੱਕ ਕਰਾ ਕੇ ਉਸ ਦੇਖਾਂਗੇ ਕੀ ਆ ਅੱਗੇ ਤਫਤੀਸ਼ ਕਰਾਂਗੇ ਰਿਮਾਂਡ ਲੈ ਕੇ ਅਤੇ ਕੀ ਕੁਛ ਨਿਕਲਦਾ ਕਿੱਥੋਂ ਲੈ ਕੇ ਉਹਨੂੰ ਕਿੱਥੇ ਵੇਚ ਦਿੱਤੀ ਮਹਿੰਦਰ ਕੌਰ ਕਿੱਥੋਂ ਲੈ ਕੇ ਆਈ ਤੁਸੀਂ ਗੋਲੀ ਕਿੱਥੋਂ ਲੈ ਕੇ ਆਉਂਦੇ ਹੋ ਕਿਉਂ ਛੱਡ ਕਰਦੇ ਹੋਏ ਕੰਮ ਜੀ ਮੇਰੇ ਕੋਲ ਦੇਖ ਕੇ ਜਾਂਦਾ ਸੀਗਾ ਤੇ ਮੈਂ ਵੀ ਲੈਣਾ ਪਹਿਲੀ ਚੋਰੀ ਪਹਿਲੀ ਫਾਹਾ ਪਹਿਲੇ ਵੀ ਪਹਿਲੇ ਨਹੀਂ ਕੀਤੀ ਨਾ ਜੀ ਪਹਿਲੀ ਵਾਰ ਹਾਂ ਪਹਿਲੀ ਵਾਰ ਕਥਿਤ ਜਿਹੜੀ ਔਰਤ ਨੂੰ ਗ੍ਰਿਫਤਾਰ ਕੀਤਾ ਐਸਟੀਐਫ ਟੀਮ ਨੇ ਉਸਨੇ ਵੀ ਕਬੂਲ ਕੀਤਾ ਕਿ ਮੈਂ ਪਹਿਲੀ ਵਾਰੀ ਇਹ ਗੋਲੀਆਂ ਨਸ਼ੀਲੀਆਂ ਲੈ ਕੇ ਆਈ ਸੀ ਪਹਿਲੀ ਵਾਰੀ ਕੀਤੀ ਹੈ ਪਹਿਲੀ ਵਾਰੀ ਮੈਂ ਪੁਲਿਸ ਦੇ ਅੜਿੱਕੇ ਚੜ ਗਈ ਹਾਂ ਔਰ ਐਸਟੀਐਫ ਪੁਲਿਸ ਟੀਮ ਸਮਾਣਾ ਅਦਾਲਤ 'ਚ ਪੇਸ਼ ਕਰਕੇ ਰਿਮਾਂਡ ਦੀ ਮੰਗ ਵੀ ਕਰੇਗੀ।